नमस्कार वेख रहे तुसी पंजाबी वी प्राइम ते मैं हरकीर सिंह राणा। जम्मू कश्मीर विच हिमाचल प्रदेश दे दो जवान शहीद हो गए हैं। बुधवार नूं इक सड़क हादसे दे विच कुल तीन जवानां दी मौत हो गई सी। हादसे दे विच मारे गए दो जवान हिमाचल प्रदेश दे हमीरपुर अते उन्हां जिलों दे नाल संबंधित हन। जानकारी मुताबिक इह घटना कुपवाड़ा दे माछिल विच वापरी। इत्थे इक गड्डी बर्फ विच तिलकण दे कारण डूंघी खाई दे विच जा गिरी अते इस दे नाल तीन जवान शहीद हो गए। शहीद हुए जवानों की पहचान हिमाचल प्रदेश के अमरीक सिंह जिसकी उम्र 39 साल पिंड मंदवाड़ा तहसील घनौरी जिला ऊना वजो हुई है। दूसरे शहीद हुए जवान अमित शर्मा जिसकी उम्र 23 साल वासी तुलसी खुर्द जिला हमीरपुर वजो हुई है। तीनों जवानों की लाशा बरामद कर ली गई। हमीरपुर के जवान अमित शर्मा 4 साल पहला साल 2019 के फौज के भर्ती हुए सन। ਉਹ ਆਪਣੇ ਪਿੱਛੇ ਆਪਣੇ ਮਾਤਾ ਪਿਤਾ ਨੂੰ ਛੱਡ ਗਏ ਹਨ। ਦੂਜੇ ਪਾਸੇ ਹਵਲਦਾਰ ਅਮਰੀਕ ਸਿੰਘ ਸਾਲ 2001 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਏ ਸਨ। ਉਹਨਾਂ ਦਾ ਇੱਕ 11 ਸਾਲ ਦਾ ਬੇਟਾ ਹੈ। ਉਹ ਆਪਣੇ ਪਿੱਛੇ ਆਪਣੇ ਪੁੱਤਰ ਅਤੇ ਪਤਨੀ ਨੂੰ ਛੱਡ ਗਏ ਹਨ। ਘਟਨਾ ਤੋਂ ਬਾਅਦ ਦੋਵਾਂ ਜਵਾਨਾਂ ਦੇ ਘਰ ਦੇ ਵਿੱਚ ਸੋਗ ਦਾ ਮਾਹੌਲ ਪਸਰ ਗਿਆ ਹੈ। ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋਏ ਹਿਮਾਚਲ ਦੇ ਜ਼ਿਲ੍ਹਾ ਉਨਾ ਦੇ ਸ਼ਹੀਦ ਹਵਲਦਾਰ ਅਮਰੀਕ ਸਿੰਘ ਦਾ ਮ੍ਰਿਤਕ ਦੇ ਪਿੰਡ ਮਦਵਾੜਾ ਵਿਖੇ ਕੱਲ ਪਹੁੰਚੇਗੀ। ਅਮਰੀਕ ਸਿੰਘ ਦਾ ਸ਼ਨੀਵਾਰ ਦੇਰ ਸ਼ਾਮ ਸ਼੍ਰੀਨਗਰ ਦੇ ਵਿੱਚ ਪੋਸਟਮਾਰਟਮ ਕੀਤਾ ਗਿਆ। ਸ਼ਹੀਦ ਦੀ ਦੇਹ ਨੂੰ ਅੱਜ ਸਵੇਰੇ ਸ਼੍ਰੀਨਗਰ ਤੋਂ ਜੰਮੂ ਦੇ ਆਰਮੀ ਸੈਂਟਰ ਲਿਆਂਦਾ ਗਿਆ, ਜਿੱਥੇ ਸ਼ਹੀਦ ਜਵਾਨ ਨੂੰ ਸਲਾਮੀ ਦੇ ਕੇ ਅੰਤਿਮ ਵਿਦਾਈ ਦਿੱਤੀ ਗਈ। ਇਸ ਤੋਂ ਬਾਅਦ ਦੁਪਹਿਰ ਬਾਅਦ ਸ਼ਹੀਦ ਦੀ ਮ੍ਰਿਤਕ ਦੇ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਪਹੁੰਚੀ। ਸੋਮਵਾਰ ਨੂੰ ਸ਼ਹੀਦ ਨੂੰ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਉਹਨਾਂ ਦੇ ਜੱਦੀ ਪਿੰਡ ਲਿਆਂਦਾ ਜਾਵੇਗਾ। ਪਿੰਡ ਮਦਵਾੜਾ ਵਿੱਚ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਪਿੰਡ ਵਾਸੀ ਸ਼ਹੀਦ ਪੁੱਤਰ ਦੀ ਮ੍ਰਿਤ ਦੇਹ ਦੇ ਆਉਣ ਦੀ ਉਡੀਕ ਕਰ ਰਹੇ ਹਨ। ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਸ਼ਹੀਦ ਅਮਰੀਕ ਸਿੰਘ ਦਾ ਮ੍ਰਿਤਕ ਦੇ ਸੋਮਵਾਰ ਨੂੰ ਸਵੇਰੇ 11 ਵਜੇ ਤੋਂ 12 ਵਜੇ ਦੇ ਦਰਮਿਆਨ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਪਿੰਡ ਵਿੱਚ ਪਹੁੰਚੇਗਾ। ਸ਼ਹੀਦ ਦਾ ਅੰਤਿਮ ਸੰਸਕਾਰ ਘਰ ਵਿੱਚ ਜ਼ਰੂਰੀ ਰਸਮਾਂ ਤੋਂ ਬਾਅਦ ਕੀਤਾ ਜਾਵੇਗਾ। ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਮਾਛਿਲ ਸੈਕਟਰ ਵਿੱਚ ਮੰਗਲਵਾਰ ਸ਼ਾਮ ਨੂੰ ਗਸ਼ਤ ਦੇ ਦੌਰਾਨ ਹਾਦਸੇ ਦੇ ਵਿੱਚ ਹਵਲਦਾਰ ਅਮਰੀਕ ਸਿੰਘ ਸ਼ਹੀਦ ਹੋ ਗਏ ਸਨ। ਦੂਜੇ ਪਾਸੇ ਪਿੰਡ ਗੰਨੂ ਮਦਵਾੜਾ ਪੰਚਾਇਤ ਦੇ ਮੁਖੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਦੇ ਪਿੰਡ ਆਉਣ ਬਾਰੇ ਪਰਿਵਾਰਕ ਮੈਂਬਰਾਂ ਨੂੰ ਅੱਜ ਸਵੇਰੇ ਆਰਮੀ ਸੈਂਟਰ ਦੇ ਅਧਿਕਾਰੀਆਂ ਤੋਂ ਸੂਚਨਾ ਮਿਲੀ। ਉਹਨਾਂ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ।